सत श्री अकाल दोस्तों, तुहाड़ा सारयां दे एक बार फिर तो आई न्यूज़ पंजाब दी खबरां विच स्वागत है। दोस्तों मैं तुहानू दस देवां कि लॉकडाउन नाल जुड़ियां होईयां कुछ बहुत वड्डियां अते उपयोगी खबरां सामने आ रहियां हन। तुसी इत्थे हर खबर एक एक करके विस्तार विच जाणोगे, पर उस तो पहला जे तुसी चाहुंदे हो कि सारे संसार विच फैल रही महामारी दे नाल नाल तुहाडियां मुश्किलां भी जल्दी तो जल्दी खत्म हो जाण, तां इस वीडियो नू लाइक करो अते अंत तक देखदे रहो। दोस्तों तुहानू सब नू बेनती है कि इस वीडियो नू पूरा जरूर देखो। खबरां विच अग्गे वधण तो पहला जानदे हां अज दे मुख हैडलाइन। मनप्रीत बादल ने राष्ट्रीय झंडा लहराया उल्टा। अगली खबर, 20 दिनां बाद लोकां विच पहुंचिया तानाशाह किम जोंग। अगली खबर, सख्ती दे नाल नाल कैप्टन दा भावुक अंदाज, पंजाबियों नूं कीती अपील। अगली खबर, पंजाब विच इकदम वधी कोरोना मरीजां दी गिणती, अंकड़ा 700 तो पार। अगली खबर, किथे किथे खुलणगे शराब दे ठेके, की होणगे नियम। अगली खबर, नांदेड़ तो आए श्रद्धालुआं दी जांच दौरान बेहोश होई डॉक्टर ने खोली सरकार दी पोल। अगली खबर, पंजाब दे कुछ जिलियां विच शर्तां दे आधार ते खुलणगे दुकानां। अगली खबर, मंडियां विच किसानां दी लुट, कणक दे भाव विच कटौती। दोस्तों खबरां विच होर भी बहुत सारियां महत्वपूर्ण जानकारियां हन, तुहाडे तो कोई जानकारी खुंझ ना जावे इस लई वीडियो नूं अंत तक जरूर देखो, क्योंकि दोस्तों असीं सिर्फ तुहाडे लई सच्चियां खबरां अते कम दीआं खबरां ही लियाउंदे हां। ਤਾਂ ਆਓ ਜਾਣੀਏ ਅੱਜ ਦੀ ਪਹਿਲੀ ਵੱਡੀ ਖਬਰ, ਮਨਪ੍ਰੀਤ ਬਾਦਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਉਲਟਾ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਬੇਹੱਦ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕੌਮੀ ਝੰਡਾ ਉਲਟਾ ਲਹਿਰਾਇਆ ਹੈ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ, ਦੇਸ਼ ਵਿਆਪੀ ਲੌਕਡਾਊਨ 2 ਹਫ਼ਤੇ ਹੋਰ ਵਧਿਆ, 17 ਮਈ ਤੱਕ ਵਧੀ ਮਿਆਦ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ 2 ਹਫ਼ਤੇ ਲਈ ਲੌਕਡਾਊਨ ਵਧਿਆ ਹੈ। ਦੱਸ ਦਈਏ ਕਿ ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ 3 ਮਈ ਨੂੰ ਖਤਮ ਹੋਣੀ ਸੀ, ਪਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਦੀ ਮਿਆਦ ਨੂੰ ਵਧਾ ਦਿੱਤਾ ਹੈ। ਇਹ ਦੂਜੀ ਵਾਰ ਹੈ ਕਿ ਜਦੋਂ ਕੇਂਦਰ ਨੇ ਲੌਕਡਾਊਨ ਦੀ ਮਿਆਦ ਨੂੰ ਵਧਾਇਆ ਹੋਵੇ। ਦੱਸ ਦਈਏ ਕਿ ਹੁਣ 4 ਮਈ ਤੋਂ 17 ਮਈ ਤੱਕ ਲੌਕਡਾਊਨ ਜਾਰੀ ਰਹੇਗਾ। ਇਸ ਸੰਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਗ੍ਰੀਨ ਅਤੇ ਔਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ। ਸਰਕਾਰ ਦੀ ਯੋਜਨਾ ਹੈ ਕਿ ਲੋਕਾਂ ਨੂੰ ਹੌਲੀ ਹੌਲੀ ਇਸ ਤਾਲਾਬੰਦੀ ਵਿੱਚ ਪੜਾਵਾ ਰਾਹਤ ਦਿੱਤੀ ਜਾਏਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਤਾਲਾਬੰਦੀ ਕਾਰਨ ਫਸੇ ਲੋਕਾਂ ਦੀ ਆਵਾਜਾਈ ਲਈ ਰੇਲ ਗੱਡੀਆਂ ਦੀ ਵਰਤੋਂ ਦੀ ਆਗਿਆ ਦਿੱਤੀ ਸੀ। ਇਸ ਤੋਂ ਬਾਅਦ ਹੁਣ ਰੇਲਵੇ ਨੇ ਹੁਣ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ 1 ਮਈ ਤੋਂ ਲੇਬਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ, 20 ਦਿਨਾਂ ਬਾਅਦ ਲੋਕਾਂ ਵਿੱਚ ਪਹੁੰਚਿਆ ਤਾਨਾਸ਼ਾਹ ਕਿਮ ਜੋਂਗ, ਫੈਕਟਰੀ ਦਾ ਕੀਤਾ ਉਦਘਾਟਨ। ਜੀ ਹਾਂ, ਤੁਹਾਨੂੰ ਸਭ ਨੂੰ ਦੱਸ ਦਈਏ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਬਿਮਾਰੀ ਅਤੇ ਮੌਤ ਦੀਆਂ ਖਬਰਾਂ ਦੇ ਵਿਚਕਾਰ ਲੋਕਾਂ ਦੇ ਸਾਹਮਣੇ ਆ ਗਏ ਹਨ। ਕਿਮ 20 ਦਿਨਾਂ ਬਾਅਦ ਜਨਤਕ ਰੂਪ ਵਿੱਚ ਆਏ ਹਨ। ਉੱਤਰ ਕੋਰੀਆ ਦੀ ਸਰਕਾਰੀ ਖਬਰਾਂ ਦੀ ਏਜੰਸੀ KCNA ਨੇ ਕਿਹਾ ਕਿ ਕਿਮ ਜੋਂਗ ਸ਼ੁੱਕਰਵਾਰ ਨੂੰ ਜਨਤਾ ਵਿੱਚ ਪਹੁੰਚੇ ਅਤੇ ਗੱਲਬਾਤ ਵੀ ਕੀਤੀ। ਦੱਸ ਦਈਏ ਕਿ ਕਿਮ ਨੇ ਇੱਕ ਖਾਦ ਦੀ ਫੈਕਟਰੀ ਦਾ ਉਦਘਾਟਨ ਕੀਤਾ ਅਤੇ ਰਿਬਨ ਕੱਟਿਆ। ਇਸ ਸਮੇਂ ਉਹਨਾਂ ਨਾਲ ਕਿਮ ਦੀ ਭੈਣ ਕਿਮ ਜੋ ਜੋਂਗ ਵੀ ਮੌਜੂਦ ਸੀ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ, ਸਖਤੀ ਦੇ ਨਾਲ ਨਾਲ ਕੈਪਟਨ ਦਾ ਭਾਵੁਕ ਅੰਦਾਜ਼, ਪੰਜਾਬੀਆਂ ਨੂੰ ਕੀਤੀ ਅਪੀਲ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ COVID-19 ਦੇ ਸਕਾਰਾਤਮਕ ਮਾਮਲਿਆਂ ਦੀ ਇੱਕ ਤਾਜ਼ਾ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮੁੱਖ ਤੌਰ ਤੇ ਮਹਾਰਾਸ਼ਟਰ ਦੇ ਨਾਂਦੇੜ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਇਸ ਲਹਿਰ ਦਾ ਕਾਰਨ ਬਣੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਦੀ ਡਾਕਟਰੀ ਜਾਂਚ ਕੀਤੇ ਬਿਨਾਂ ਨਹੀਂ ਜਾਣ ਦਿੱਤਾ ਜਾਏਗਾ। ਦੱਸ ਦਈਏ ਕਿ ਉਹਨਾਂ ਕਿਹਾ ਕਿ ਉਹਨਾਂ ਨੂੰ ਅਜਿਹੀਆਂ ਖਬਰਾਂ ਮਿਲੀਆਂ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੇ ਲੋਕ ਗੁਪਤ ਤਰੀਕੇ ਨਾਲ ਰਾਜ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਹ ਵੱਖਰੇ ਹੋਣ ਤੋਂ ਬਚ ਸਕਣ। ਉਹਨਾਂ ਨੇ ਕਿਹਾ ਕਿ ਸਕਾਰਾਤਮਕ ਪਾਏ ਗਏ ਲੋਕਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਦੂਸਰੇ ਸਰਕਾਰੀ ਕੇਂਦਰਾਂ ਵਿੱਚ ਵੱਖ ਕੀਤੇ ਜਾਣਗੇ। ਦੱਸ ਦਈਏ ਕਿ ਮੁੱਖ ਮੰਤਰੀ ਨੇ ਕਿਹਾ ਹੁਣ ਤੱਕ 7,000 ਪੰਜਾਬ ਨਿਵਾਸੀ, ਜਿਨ੍ਹਾਂ ਵਿੱਚ ਨਾਂਦੇੜ ਸਾਹਿਬ ਦੇ 3,525 ਤੇ ਰਾਜਸਥਾਨ ਦੇ 3,000 ਸ਼ਾਮਲ ਹਨ, ਨੂੰ ਪੰਜਾਬ ਵਿੱਚ ਲਿਆਂਦਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਵੀ ਰਾਜ ਵਿੱਚ ਲਿਆਂਦੇ ਜਾਣਗੇ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ, ਪੰਜਾਬ ਵਿੱਚ ਇੱਕਦਮ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਅੰਕੜਾ 700 ਤੋਂ ਪਾਰ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਸੂਬੇ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 700 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 150 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਪੰਜਾਬ ਭਰ ਵਿੱਚ ਹੁਣ ਕੋਰੋਨਾ ਦੇ 700 ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ 145 ਕੇਸ ਸਾਹਮਣੇ ਆਏ ਹਨ। ਇਸ ਕਰਕੇ ਅੰਮ੍ਰਿਤਸਰ ਕੋਰੋਨਾ ਦਾ ਹੋਟਸਪੋਟ
ਹੌਟਸਪੌਟ ਬਣ ਗਿਆ ਹੈ। ਜਲੰਧਰ ਵਿੱਚ ਵੀ 106 ਕੇਸ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 99, ਮੋਹਾਲੀ ਵਿੱਚ 92 ਅਤੇ ਪਟਿਆਲਾ ਵਿੱਚ 86 ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਪੰਜਾਬ ਵਿੱਚੋਂ 700 ਕੇਸ ਵਿੱਚੋਂ 20 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਪਾਰ ਅੰਕੜਾ ਉਹਨਾਂ ਮਰੀਜ਼ਾਂ ਦਾ ਹੋ ਗਿਆ ਹੈ ਜਿਹੜੇ ਠੀਕ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੂੰ 4,369 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਇਸ ਦੌਰਾਨ ਪੰਜਾਬ ਵਿੱਚ 3 ਜ਼ਿਲ੍ਹਿਆਂ ਜਲੰਧਰ, ਪਟਿਆਲਾ ਤੇ ਲੁਧਿਆਣਾ ਨੂੰ ਰੈੱਡ ਜ਼ਿਲ੍ਹੇ ਐਲਾਨਿਆ ਗਿਆ ਹੈ। 15 ਸੰਤਰੀ ਜ਼ਿਲ੍ਹਿਆਂ ਵਿੱਚ ਮੋਹਾਲੀ, ਪਠਾਨਕੋਟ, ਮਾਨਸਾ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ, ਫਿਰੋਜ਼ਪੁਰ, ਮੁਕਤਸਰ, ਮੋਗਾ, ਗੁਰਦਾਸਪੁਰ ਤੇ ਬਰਨਾਲਾ ਸ਼ਾਮਿਲ ਹਨ। ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਬਠਿੰਡਾ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਗਿਆ ਹੈ। ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ। ਕਿੱਥੇ ਕਿੱਥੇ ਖੁੱਲਣਗੇ ਸ਼ਰਾਬ ਦੇ ਠੇਕੇ, ਕੀ ਹੋਣਗੇ ਨਿਯਮ? ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਜੇਕਰ ਲੌਕਡਾਊਨ 3 ਵਿੱਚ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਤਾਂ ਉਹ ਹੈ ਸ਼ਰਾਬ। ਸੋਸ਼ਲ ਮੀਡੀਆ ਤੇ ਲੋਕ ਇੱਕ ਦੂਜੇ ਨੂੰ ਪੁੱਛ ਰਹੇ ਹਨ ਕਿ 4 ਮਈ ਤੋਂ ਉਹਨਾਂ ਦੇ ਖੇਤਰ ਵਿੱਚ ਸ਼ਰਾਬ ਮਿਲੇਗੀ ਜਾਂ ਨਹੀਂ। ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 1 ਮਈ ਨੂੰ ਜਾਰੀ ਕੀਤੇ ਗਏ ਆਰਡਰ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਇਹ ਦੁਕਾਨਾਂ ਕਿਸ ਜ਼ੋਨ ਵਿੱਚ ਖੁੱਲਣਗੀਆਂ ਅਤੇ ਕਿਸ ਵਿੱਚ ਬੰਦ ਰਹਿਣਗੀਆਂ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਰੈੱਡ, ਔਰੇਂਜ ਤੇ ਗ੍ਰੀਨ ਭਾਵ ਸਾਰੇ 3 ਜ਼ੋਨਾਂ ਵਿੱਚ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਪਰ ਯਾਦ ਰਹੇ ਕਿ ਕੰਟੇਨਮੈਂਟ ਜ਼ੋਨ ਭਾਵ ਉਹ ਖੇਤਰ ਜਿੱਥੇ ਕੋਰੋਨਾ ਲੱਗ ਵੱਧ ਹੈ ਅਤੇ ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ ਨੂੰ ਕੋਈ ਵਪਾਰਕ ਗਤੀਵਿਧੀ ਕਰਨ ਦੀ ਆਗਿਆ ਨਹੀਂ ਹੈ। ਇਸ ਲਈ ਨਾ ਤਾਂ ਕੰਟੇਨਮੈਂਟ ਜ਼ੋਨ ਵਿੱਚ ਕੋਈ ਸ਼ਰਾਬ ਦੀ ਦੁਕਾਨ ਖੋਲ੍ਹੀ ਜਾਏਗੀ ਅਤੇ ਨਾ ਹੀ ਪਾਨ, ਗੁਟਕਾ ਜਾਂ ਤੰਬਾਕੂ ਪਾਇਆ ਜਾਵੇਗਾ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ। ਨਾਂਦੇੜ ਤੋਂ ਆਏ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋਈ ਡਾਕਟਰ ਨੇ ਖੋਲ੍ਹੀ ਸਰਕਾਰ ਦੀ ਪੋਲ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਇੱਕ ਡਾਕਟਰ ਨੇ ਸਿਹਤ ਵਿਭਾਗ ਦੇ ਇੰਤਜ਼ਾਮਾਂ ਵਿੱਚ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਅੰਮ੍ਰਿਤਸਰ ਦੀ ਇਕਲੌਤੀ ਮਾਈਕਰੋਬਾਇਓਲੋਜਿਸਟ ਬੇਬਿਕਾ ਹੈ ਅਤੇ ਇਹ ਡਾਕਟਰ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋ ਗਈ ਸੀ। ਦੱਸ ਦਈਏ ਕਿ ਡਾਕਟਰ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਘਟੀਆ ਕੁਆਲਿਟੀ ਦੀ PPE ਕਿੱਟ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਜਾਨ ਜੋਖਿਮ ਵਿੱਚ ਪਾ ਕੇ ਡਿਊਟੀ ਕਰਨੀ ਪੈ ਰਹੀ ਹੈ। ਦੱਸ ਦਈਏ ਕਿ ਸਿਵਲ ਹਸਪਤਾਲ ਵਿੱਚ ਬਾਕੀ ਲੋਕਾਂ ਨੇ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਸਰਕਾਰੀ ਸਮਾਨ ਨਹੀਂ ਦਿੱਤਾ ਜਾ ਰਿਹਾ। ਇੰਨਾ ਹੀ ਨਹੀਂ, ਡਾਕਟਰ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਮਾਨ ਦੇ ਭਰੋਸੇ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸ਼ਰਤਾਂ ਦੇ ਆਧਾਰ ਤੇ ਖੁੱਲ੍ਹਣਗੇ ਦੁਕਾਨਾਂ, ਜਾਣੋ ਕਿਹੜੇ ਜ਼ਿਲ੍ਹੇ ਨੂੰ ਮਿਲੀ ਰਾਹਤ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਬਠਿੰਡਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ 2 ਮਈ ਤੋਂ ਕੁਝ ਖਾਸ ਕੈਟਾਗਰੀਜ਼ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲ੍ਹਣ ਦੀ ਛੋਟ ਦਿੱਤੀ ਹੈ। ਦੱਸ ਦਈਏ ਕਿ ਉਹਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਕੇਵਲ ਕਰਿਆਨਾ, ਮੈਡੀਕਲ ਡੈਰੀਆਂ, ਮਿਲਕ ਚਿਲਿੰਗ, ਮਿਲਕ ਕਲੈਕਸ਼ਨ ਸੈਂਟਰ, ਸਬਜ਼ੀਆਂ ਦੀਆਂ ਦੁਕਾਨਾਂ, ਬੇਕਰੀ, ਪੋਲਟਰੀ ਉਤਪਾਦਾਂ ਨਾਲ ਸੰਬੰਧਿਤ ਦੁਕਾਨਾਂ, ਸਪੇਅਰ ਪਾਰਟਸ ਦੀਆਂ ਦੁਕਾਨਾਂ ਸਮੇਤ ਹੋਰ ਵੀ ਕੁਝ ਦੁਕਾਨਾਂ ਖੁੱਲ੍ਹ ਸਕਣਗੀਆਂ। ਦੱਸ ਦਈਏ ਕਿ ਇਸ ਦੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹਾ ਦੇ ਮੈਜਿਸਟ੍ਰੇਟ ਨੇ ਆਮ ਲੋਕਾਂ ਲਈ ਸਵੇਰੇ 6 ਵਜੇ ਤੋਂ 10 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਹੁਕਮ ਦਿੱਤਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਇੱਕ ਹੀ ਮੈਂਬਰ ਨੂੰ ਬਾਜ਼ਾਰ ਜਾਣ ਦੀ ਇਜਾਜ਼ਤ ਹੈ ਅਤੇ ਉਹ ਵੀ ਪੈਦਲ। ਉਹਨਾਂ ਅੱਗੇ ਇਹ ਵੀ ਕਿਹਾ ਕਿ ਜੇਕਰ ਕੋਈ ਵਹੀਕਲ ਤੇ ਜਾਂਦਾ ਹੈ ਤਾਂ ਉਸਦਾ ਵਾਹਨ ਜ਼ਬਤ ਕਰ ਲਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ। ਤੂਫਾਨ, ਹਨੇਰੀ ਤੇ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਆਉਣ ਵਾਲੇ 3 ਦਿਨ ਧੂੜ ਭਰੀ ਹਨੇਰੀ, ਤੂਫਾਨ ਤੇ ਤੇਜ਼ ਹਵਾਵਾਂ ਦੇ ਆਸਾਰ ਹਨ। ਭਾਰਤੀ ਮੈਟਰੋਲੋਜੀਕਲ ਡਿਪਾਰਟਮੈਂਟ ਮੁਤਾਬਕ 3 ਮਈ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵੱਡੀ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ 3 ਤੋਂ 6 ਮਈ ਤੱਕ ਉੱਤਰ ਪੱਛਮੀ ਇਲਾਕਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਦੇ ਮੱਦੇਨਜ਼ਰ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਲਈ ਤੂਫਾਨ, ਮਿੱਟੀ ਭਰੀ ਹਨੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਦੱਸ ਦਈਏ ਕਿ ਪੱਛਮੀ ਗੜਬੜੀ ਕਾਰਨ ਪੂਰੇ ਉੱਤਰ ਪੱਛਮੀ ਖੇਤਰ ਵਿੱਚ 3-4 ਦਿਨਾਂ ਲਈ ਮੀਂਹ ਤੂਫਾਨ, 40-50 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਨਾਲ ਪੱਛਮੀ ਖੇਤਰ ਦੇ ਉੱਪਰਲੇ ਹਿੱਸਿਆਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦੇਖਦੇ ਹਾਂ ਅਗਲੀ ਵੱਡੀ ਖਬਰ। ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ, ਕਣਕ ਦੇ ਭਾਅ ਵਿੱਚ ਕਟੌਤੀ। ਜੀ ਹਾਂ, ਤੁਹਾਨੂੰ ਦੱਸ ਦਈ ਕਿ ਕੋਰੋਨਾ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ ਤੇ ਪੈ ਰਹੀ ਹੈ। ਇੱਕ ਪਾਸੇ ਕਿਸਾਨ ਕਣਕ ਦੇ ਮਾੜੇ ਖਰੀਦ ਪ੍ਰਬੰਧਾਂ ਕਰਕੇ ਖੱਜਲ ਖੁਆਰ ਹੋ ਰਹੇ ਹਨ ਤੇ ਦੂਜੇ ਪਾਸੇ ਖਰੀਦ ਏਜੰਸੀਆਂ ਨਵੀਂ ਦੱਸ ਕੇ ਭਾਅ ਵਿੱਚ ਮੋਟਾ ਕੱਟ ਲਾ ਰਹੀਆਂ ਹਨ। ਇਸ ਕਰਕੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਕੇ ਕਿਸਾਨ ਕਰਫਿਊ ਦੀ ਪਰਵਾਹ ਨਾ ਕਰਦਿਆਂ ਸੜਕਾਂ ਤੇ ਆ ਰਹੇ ਹਨ। ਤੁਹਾਨੂੰ ਦੱਸ ਦਈ ਕਿ ਉੱਧਰ ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ
वधेरे मीह वाले जिलियां पटियाला फतेहगढ़ साहिब ते मोहाली विच कणक दे रेट विच माजू दाणियां दी आड़ हेठ 4.81 रुपए तो 24.6 रुपए तक प्रति क्विंटल कटौती करन दी निंदा कीती है। किसानां दा कहना है कि जेकर बारिश नाल फसल गिल्ली होई है तां इसलिए सरकार दे माड़े खरीद प्रबंध हन। इस दे नाल ही देखदे हां अगली वड्डी खबर। डाउनलोड कर लो आरोग्या सेतु ऐप, ट्रेन अते फ्लाइट विच यात्रा करन लई हो सकती है जरूरी। जी हाँ, तुहानू दस दई कि रेल मंत्रालय दे सूत्रां दा कहना है कि लॉकडाउन दे बाद सब तो वड्डी चुनौती है कि यात्रा दे दौरान लोकां दे विच कोरोना वायरस ना फैले। हालांकि रेल मंत्रालय ट्रेन विच सोशल डिस्टेंसिंग समेत सारियां चीजां दा ध्यान रख रहा है, पर नाल ही रेलवे स्टेशन विच दाखले लई हर शख्स दे ठीक होण दी गारंटी लैणा मुश्किल है। यही परेशानी एयरपोर्ट ते भी आ रही है। एयरपोर्ट अते एयरलाइंस इस गल नू लैके परेशान है कि किवें हर यात्री नूं कोरोना वायरस मुक्त होने लई यकीनी बनाया जा सकता है। रेल मंत्रालय दे इक अधिकारी ने दस्सिया कि यात्रा दे दौरान आरोग्य सेतु ऐप मोबाइल विच डाउनलोड जरूरी कीता जा सकता है। हालांकि इस मते ते केंद्र ने फिलहाल मंजूरी नहीं दिती है। दोस्तों, जे तुहानू इह साडी जानकारी वधिया लगी तां कमेंट करके दस्सिओ, लाइक अते शेयर जरूर करिओ अते साडे चैनल नूं सबसक्राइब करना ना भुल्लिओ। धन्नवाद।